ਕੱਲ ਅਸੀਂ ਪਾਕਿਸਤਾਨ ਤੇ ਹਮਲਾ ਕੀਤਾ। ਸਿਰਫ 2 ਸ਼ਹੀਦ ਕੀਤੇ ਤੁਸੀਂ? ਹਾਂਜੀ, ਤੇ ਆਪਣੇ 20 ਮਰਵਾ ਲਏ। ਉਹ ਤੇ ਹੁਣ ਲਾਸ਼ਾਂ ਵੀ ਨਹੀਂ ਚੁੱਕਣ ਦਿੰਦੇ ਪਏ। ਕਿਉਂ? ਕਹਿੰਦੇ ਅਸੀਂ ਇਹਨਾਂ ਨਾਲ ਸੈਲਫੀਆਂ ਬਣਾਉਣੀਆਂ ਨੇ। ਮਾਫੀ ਮੰਗ ਲੋ। ਮੰਗੀ ਸੀ। ਕੀ ਕਹਿੰਦੇ? ਕਹਿੰਦੇ ਆ ਕਿ ਮੋਦੀ ਇੱਥੇ ਆ ਕੇ ਪਹਿਲੇ ਨੱਕ ਰਗੜੇ, ਹੋਰ ਪੰਗੇ ਲੈ। ਹੁਣ ਦੱਸੋ ਮੈਂ ਉੱਥੇ ਜਾਵਾਂ ਜਾਂ ਨਾ ਜਾਵਾਂ? ਕਿਸੇ ਹੋਰ ਨੂੰ ਕਰ ਦੇ। ਕੋਈ ਵੀ ਤਿਆਰ ਨਹੀਂ। ਸੁਸ਼ਮਾ? ਸਾਫ ਇਨਕਾਰ। ਫੌਜੀ? ਉਹ ਤੇ ਕੱਲ ਦੇ ਕਿਤੇ ਲੁਕ ਗਏ ਨੇ। ਹਾਲਾਂਕਿ ਮੈਂ ਇਨਾਮ ਦਾ ਵੀ ਐਲਾਨ ਕੀਤਾ। ਅਗਲੇ ਕਹਿੰਦੇ ਆ ਕੋਲ ਰੱਖ। ਹੁਣ 2 ਹੀ ਰਸਤੇ ਰਹਿ ਗਏ ਨੇ। ਕਿਹੜੇ? ਜਾਂ ਬਾਰਡਰ ਤੇ ਜਾ ਕੇ ਗੋਲੀ ਖਾਵਾਂ ਜਾਂ ਆਪਣੇ ਆਪ ਨੂੰ ਗੋਲੀ ਮਾਰ ਲਾਂ। ਦੱਸੋ ਹੋਰ ਕੀ ਕਰੀਏ? ਗਏ ਸੀ ਤਮਾਸ਼ਾ ਲਾਉਣ, ਆਪਣਾ ਸ਼ੂਗਰ ਲੱਗ ਗਿਆ। ਤੇਜ਼ਾਬੀ ਟੋਟੇ।